ਤੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਵਾਇਤੀ ਸਿਆਸੀ ਪਾਰਟੀਆਂ ਦੇ ਨਾਲ ਨਾਲ ਨਵੀਆਂ ਬਣ ਰਹੀਆਂ ਪਾਰਟੀਆਂ ਵਿੱਚ ਵੀ ਕਾਫੀ ਸਰਗਰਮੀ ਛਾਈ ਹੋਈ ਹੈ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸੇਵਾ ਸਿੰਘ ਸੇਖਵਾਂ ਜਲੰਧਰ ਪਹੁੰਚੇ ਅਤੇ ਇੱਥੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨ ਮਗਰੋਂ ਉਹ ਮੀਡੀਆ ਦੇ ਰੂਬਰੂ ਹੋਏ। ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗੱਠਜੋੜ ਤੇ ਮੋਹਰ ਲਗਾਉਂਦਿਆਂ ਆਖਿਆ ਕਿ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਦਾ ਫੈਸਲਾ ਦੋਹਾਂ ਪਾਰਟੀਆਂ ਵੱਲੋਂ ਮਿਲ ਜੁਲ ਕੇ ਲਿਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਵੀ ਜੰਮ ਕੇ ਵਾਰ ਕੀਤਾ। ਵੇਖੋ, ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਸੀ। ਅਸੀਂ ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਆ ਕਿ ਜੋ ਗੱਲ ਸਾਡੀ ਆਮ ਆਦਮੀ ਪਾਰਟੀ ਨਾਲ ਆਪਣੇ ਚੱਲ ਰਹੀ ਆ ਉਹਦੇ ਵਾਸਤੇ ਅਸੀਂ ਆਪਣੇ ਗਰਾਊਂਡ ਵਰਕ ਜਿਹੜਾ ਉਹ ਕੀਤਾ ਆ ਅੱਜ। ਇਸ ਤੋਂ ਬਾਅਦ ਦੋ ਤਿੰਨ ਦਿਨ ਦੇ ਬਾਅਦ ਅਸੀਂ ਦੋਵੇਂ ਪਾਰਟੀਆਂ ਮੁੜ ਕੇ ਇਕੱਠੀਆਂ ਹੋਣਗੀਆਂ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ। ਉਹਨਾਂ ਦੀ ਲੀਡਰਸ਼ਿਪ ਵੀ ਆਏਗੀ, ਸਾਡੀ ਵੀ ਲੀਡਰਸ਼ਿਪ ਜਾਏਗੀ, ਤੋ ਅਸੀਂ ਉੱਥੇ ਇਕੱਠੇ ਹੋ ਕੇ ਫਿਰ ਆਖਰੀ ਫੈਸਲਾ ਜਿਹੜਾ ਉਹ ਲਵਾਂਗੇ ਕਿ ਕਿੰਨੀਆਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਇਲੈਕਸ਼ਨ ਲੜਨੀ ਆ ਅਤੇ ਕਿੰਨੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਲੜਨੀ ਆ, ਕਿਹੜੀਆਂ ਕਿਹੜੀਆਂ ਸੀਟਾਂ ਕਿਹਨੂੰ ਕਿਹਨੂੰ ਮਿਲਣੀਆਂ ਨੇ, ਇਹਦੇ ਵਾਸਤੇ ਉਸ ਦਿਨ ਅਸੀਂ ਫੈਸਲਾ ਕਰਾਂਗੇ। ਜਿੱਦਾਂ ਕਿ ਸੀਟਾਂ ਕਈ ਅਨਾਊਂਸ ਕਰ ਚੁੱਕੇ ਤੁਸੀਂ ਤੇ ਜਿੱਦਾਂ ਆਨੰਦਪੁਰ ਦੀ ਸੀਟ ਅਨੰਦਪੁਰ ਤੋਂ ਸਾਹਿਬ ਤੋਂ ਜਿਹੜੀ ਇੱਕ ਸੀਟ, ਵੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਅਸੀਂ ਦੋ ਸੀਟਾਂ ਅਨਾਊਂਸ ਕਰ ਚੁੱਕੇ ਹਾਂ ਆਨੰਦਪੁਰ ਸਾਹਿਬ ਦੀ। ਆਪਣੇ ਸਰਦਾਰ ਜੀ ਸਰਦਾਰ ਵੀਰ ਦਵਿੰਦਰ ਸਿੰਘ ਹੋਣੀ ਸਾਡੇ ਉੱਥੋਂ ਕੈਂਡੀਡੇਟ ਨੇ। ਇਹਦੇ ਤੋਂ ਇਲਾਵਾ ਅਸੀਂ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਉਹ ਜਨਰਲ ਜੇ ਜੇ ਸਿੰਘ ਜੀ ਉੱਥੋਂ ਸਾਡੇ ਉਮੀਦਵਾਰ ਨੇ ਅਤੇ ਆਮ ਆਦਮੀ ਪਾਰਟੀ ਨੇ ਵੀ ਪੰਜ ਸੀਟਾਂ ਜਿਹੜੀਆਂ ਨੇ ਉਹ ਪਹਿਲਾਂ ਆਲਰੇਡੀ ਐਲਾਨ ਕੀਤੀਆਂ ਹੋਈਆਂ ਨੇ। ਲੇਕਿਨ ਅਸੀਂ ਇਸੇ ਕਰਕੇ ਅਗਲੀ ਮੀਟਿੰਗ ਕਰ ਰਹੇ ਹਾਂ, ਅਸੀਂ ਆਪਣੇ ਫੈਸਲੇ ਆਪਣੀ ਪਾਰਟੀ ਦੇ ਤਾਂ ਅੱਜ ਕਰ ਲਏ, ਲੇਕਿਨ ਉਹਨਾਂ ਨਾਲ ਵੀ ਅਸੀਂ ਇਹ ਗੱਲਾਂ ਕਰਨੀਆਂ ਕਿ ਆਹ ਦੋ ਸੀਟਾਂ ਸਾਡੀਆਂ ਅਨਾਊਂਸ ਹੋਈਆਂ ਨੇ, ਤੁਹਾਡੀਆਂ ਪੰਜ ਸੀਟਾਂ ਅਨਾਊਂਸ ਹੋਈਆਂ ਨੇ। ਉਹਦੇ 'ਚ ਮੈਂ ਸਮਝਦਾ ਇੱਕ ਹੀ ਸੀਟ ਆ ਆਨੰਦਪੁਰ ਸਾਹਿਬ ਦੀ ਜਿੱਥੋਂ ਸਾਡੇ ਦੋਵਾਂ ਦੇ ਕੈਂਡੀਡੇਟ ਜਿਹੜੇ ਨੇ ਉਹ ਅਨਾਊਂਸ ਹੋਏ ਆ, ਬਾਕੀ ਜਿਹੜੇ ਉਹਨਾਂ ਦੀਆਂ ਚਾਰ ਸੀਟਾਂ ਨੇ ਉੱਥੋਂ ਕੋਈ ਸਾਡਾ ਉਮੀਦਵਾਰ ਖੜ੍ਹਾ ਨਹੀਂ ਹੋਇਆ ਅਤੇ ਜਿਹੜੀਆਂ ਅਸੀਂ ਦੂਜੀ ਸੀਟ ਐਲਾਨ ਕੀਤੀ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ ਖੜ੍ਹਾ ਹੋਇਆ। ਸੋ ਇਸ ਕਰਕੇ ਉਦਣ ਅਸੀਂ ਇਹ ਫੈਸਲਾ ਕਰਾਂਗੇ ਅਤੇ ਸਾਡੀ ਕੋਸ਼ਿਸ਼ ਇਹ ਹੋਏਗੀ ਹਰ ਹਾਲਤ ਵਿੱਚ ਵੀ ਉਹ ਜਿਹੜੀ ਸੀਟ ਆ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਹਿੱਸੇ ਆਵੇ। ਉਹਦਾ ਕਾਰਨ ਆ ਕਿ ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਆ ਅਤੇ ਆਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਉਹ ਸਿੱਖਾਂ ਦੇ ਆਪਣੇ ਤਖਤ ਦੀ ਸੀਟ ਆ ਕੇਸਗੜ੍ਹ ਸਾਹਿਬ ਵਾਲੀ। ਸੋ ਇਸ ਕਰਕੇ ਉਹਨੂੰ ਅਕਾਲੀ ਦਲ ਟਕਸਾਲੀ ਦਾ ਛੱਡਣਾ ਔਖਾ ਆ। ਸੋ ਅਸੀਂ ਉਸ ਦਿਨ ਇਹ ਕੋਸ਼ਿਸ਼ ਕਰਾਂਗੇ ਕਿ ਇੱਕ ਹੀ ਉਮੀਦਵਾਰ ਉੱਥੋਂ ਲੜੇ। ਜਿੱਦਾਂ ਕਈ ਸੀਟਾਂ ਕਰ ਦਿੱਤੀਆਂ ਗਈਆਂ ਅਨਾਊਂਸ ਆਪ ਵੱਲੋਂ ਵੀ, ਜਿੱਦਾਂ ਭਗਵੰਤ ਮਾਨ ਦੀ ਹੋ ਗਈ, ਤੇ ਤੁਹਾਡੀਆਂ ਮਨਪਸੰਦ ਦੀਆਂ ਸੀਟਾਂ ਫਿਰ ਉਹ ਵਾਪਸ ਲੈਣਗੇ, ਕਿੱਦਾਂ ਹੋਏਗਾ? ਵੇਖੋ, ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਕਹਿ ਬੈਠਾ ਕਿ ਇੱਕ ਹੀ ਸੀਟ ਆ ਜਿੱਥੇ ਸਾਡੇ ਦੋਵਾਂ ਦੇ ਉਮੀਦਵਾਰ ਅਨਾਊਂਸ ਹੋਏ ਨੇ, ਜਿਹੜੀਆਂ ਬਾਕੀ ਉਹਨਾਂ ਦੀਆਂ ਚਾਰ ਸੀਟਾਂ ਅਨਾਊਂਸ ਹੋਈਆਂ ਉੱਥੇ ਸਾਡਾ ਕੋਈ ਉਮੀਦਵਾਰ ਨਹੀਂ ਅਨਾਊਂਸ ਹੋਇਆ ਅਤੇ ਇੱਕ ਉਮੀਦਵਾਰ ਜਿਹੜਾ ਸਾਡੇ ਖਡੂਰ ਸਾਹਿਬ ਅਨਾਊਂਸ ਹੋਏ ਨੇ ਉੱਥੇ ਉਹਨਾਂ ਦਾ ਕੋਈ ਉਮੀਦਵਾਰ ਨਹੀਂ। ਇੱਕ ਹੀ ਸੀਟ ਆ ਜਿਹਦੇ 'ਤੇ ਅਸੀਂ ਪੂਰੀ ਡਿਸਕਸ਼ਨ ਕਰਨੀ ਆ ਅਤੇ ਬਾਕੀ ਜਿਹੜੀਆਂ 12 ਸੀਟਾਂ ਨੇ ਉਹਦੇ 'ਤੇ ਕਿੱਥੇ ਕਿੱਥੇ ਕਿੰਨੇ ਕਿੰਨੇ ਲੜਨਾ, ਕਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੜਨੀਆਂ ਨੇ ਅਤੇ ਕਿੰਨੀਆਂ ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਲੜਨੀਆਂ, ਇਹ ਅਗਲੀ ਮੀਟਿੰਗ 'ਚ ਫੈਸਲਾ ਕਰਾਂਗੇ।